ਕਾਫੀ ਵੀਰਾਂ ਦੇ ਮੈਸੇਜ ਆਉਂਦੇ ਕਿ ਸਰ ਸਾਡਾ ਵੀਜ਼ਾ ਵੀਜ਼ਾ ਘੱਟ ਕਿਉਂ ਆ ਰਹੇ ਨੇ, ਜਾਂ ਮੇਰਾ ਪਾਸਪੋਰਟ 2030 ਤੱਕ ਦਾ, ਮੇਰਾ ਪਾਸਪੋਰਟ 2031 ਤੱਕ ਦਾ, ਮੈਨੂੰ 6 ਮਹੀਨੇ ਦਾ ਵੀਜ਼ਾ ਕਿਉਂ ਮਿਲਿਆ, ਮੈਨੂੰ 1 ਸਾਲ ਦਾ ਵੀਜ਼ਾ ਕਿਉਂ ਮਿਲਿਆ। ਕਈ ਵੀਰਾਂ ਦਾ ਮੈਸੇਜ ਆਉਂਦਾ ਕਿ ਸਰ ਮੈਨੂੰ 2030 ਤੱਕ ਦਾ ਵੀਜ਼ਾ ਮਿਲ ਗਿਆ, ਪਰ ਉੱਥੇ ਜਾ ਕੇ ਐਂਟਰੀ ਕੈਨੇਡਾ ਜਾ ਕੇ ਮੈਨੂੰ 10 ਦਿਨ ਦੀ ਮਿਲੀ, ਮੈਨੂੰ ਵਾਪਿਸ ਭੇਜਤਾ, ਮੇਰੇ ਡਾਕੂਮੈਂਟਸ ਜੈਨੂਅਨ ਸੀ। ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਕੰਮ ਹੌਸ਼ਪੌਸ਼ ਹੋਇਆ ਪਿਆ, ਖਰਾਬ ਹੋਇਆ ਪਿਆ। ਸੋ ਕੋਸ਼ਿਸ਼ ਕਰੂੰਗਾ ਜਿੰਨੀ ਕਿ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਮੈਂ ਉਹਨੂੰ ਕਲੈਰੀਫਾਈ ਕਰਾਂ ਤੁਹਾਡੇ ਲਈ। ਸੋ ਮੇਕ ਸ਼ੋਰ ਵੀਡੀਓ ਪੂਰੀ ਦੇਖਿਓ। ਜਿਹੜੇ ਮੇਰੇ ਵੀਰ ਫਾਈਲ ਲਗਾ ਚੁੱਕੇ ਨੇ, ਅਪਰੂਵਲ ਆ ਚੁੱਕੀ ਹੈ, ਵੀਜ਼ਾ ਆ ਚੁੱਕਾ, ਜਾਂ ਜਿਹੜੇ ਮੇਰੇ ਵੀਰ ਰਿਫਿਊਜ਼ ਹੋ ਚੁੱਕੇ ਨੇ ਪਰ ਥੋੜ੍ਹੀ ਦੇਰ 1-2 ਮਹੀਨੇ 6 ਮਹੀਨੇ ਨੂੰ ਟਰਾਈ ਕਰਨਾ ਚਾਹੁੰਦੇ ਨੇ, ਤਾਂ ਸਾਰਿਆਂ ਲਈ ਇਨਫੋਰਮੇਸ਼ਨ ਬਹੁਤ ਕੰਮ ਦੀ ਹੈ। ਸੋ ਮੇਕ ਸ਼ੋਰ ਵੀਡੀਓ ਪੂਰੀ ਦੇਖਿਓ, ਅਤੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਉਣ ਵਾਲੇ ਦਿਨਾਂ 'ਚ ਵੀ ਤੁਹਾਨੂੰ ਐਸੀਆਂ ਹੀ ਅਪਡੇਟਸ ਮਿਲਦੀਆਂ ਰਹਿਣਗੀਆਂ। ਸੋ ਗੱਲ ਕਰੀਏ ਜੀ, ਸਭ ਤੋਂ ਪਹਿਲਾਂ ਕਈ ਵੀਰਾਂ ਦਾ ਮੈਸੇਜ ਆਉਂਦਾ ਕਿ ਸਰ ਮੇਰੇ ਕੋਲ ਪਾਸਪੋਰਟ 2030 ਤੱਕ ਦਾ, ਮੇਰੇ ਕੋਲ 31 ਤੱਕ ਦਾ, ਮੈਨੂੰ ਵੀਜ਼ਾ 6 ਮਹੀਨੇ ਦਾ ਹੀ ਦਿੱਤਾ ਗਿਆ, ਮੈਨੂੰ ਵੀਜ਼ਾ 2 ਸਾਲ ਦਾ ਦਿੱਤਾ ਗਿਆ, ਜਾਂ ਫਿਰ ਮੈਨੂੰ ਵੀਜ਼ਾ ਮੇਰੇ ਪਾਸਪੋਰਟ 2033 ਤੱਕ ਦਾ ਵੈ, ਯਾਨੀ ਕਿ 10 ਸਾਲ 11 ਸਾਲ 2024 ਚੱਲ ਰਿਹਾ, ਮਤਲਬ 10 ਸਾਲ ਜਾਂ 9 ਸਾਲ ਦਾ ਮੇਰੇ ਕੋਲ ਵੀਜ਼ਾ ਮੈਨੂੰ ਮਿਲ ਸਕਦਾ ਸੀ, ਪਰ ਮੈਨੂੰ ਵੈਸੇ ਨੇ ਸਿਰਫ 3 ਸਾਲ ਦਾ ਜਾਂ 2 ਸਾਲ ਦਾ ਜਾਂ 1 ਸਾਲ ਦਾ ਵੀਜ਼ਾ ਕਿਉਂ ਦਿੱਤਾ, ਜਾਂ ਮੈਨੂੰ 6 ਮਹੀਨੇ ਦਾ ਵੀਜ਼ਾ ਕਿਉਂ ਦਿੱਤਾ। ਇਹ ਹਰ ਕਿਸੇ ਕੇਸ 'ਚ ਨਹੀਂ ਹੁੰਦਾ, ਇਹ ਕਿਸੇ ਕੇਸ ਦੇ ਵਿੱਚ ਹੁੰਦਾ। ਇਹਦੇ ਸਾਨੂੰ ਮੈਂ ਸਟੋਰੀ ਦੱਸ ਦਿੰਦਾ ਕਿ ਇਹ ਤੁਹਾਡੇ ਲਈ ਖੁਸ਼ੀ ਵਾਲੀ ਗੱਲ ਹੋ ਸਕਦੀ ਆ, ਨਹੀਂ ਤਾਂ ਤੁਹਾਡੀ ਫਾਈਲ ਤਾਂ ਰਿਫਿਊਜ਼ ਹੋਣੀ ਬਣਦੀ ਸੀਗੀ, ਵੀਜ਼ਾ ਆਫਿਸਰ ਰਿਫਿਊਜ਼ ਵੀ ਕਰ ਸਕਦਾ ਸੀ। ਹੁੰਦਾ ਕੀ ਹੈ, ਜਿੱਦਾਂ ਕਿ ਤੁਸੀਂ ਇੱਕ ਇਨਸਾਨ ਹੋ, ਮੈਂ ਇੱਕ ਇਨਸਾਨ ਹਾਂ, ਉਸੇ ਤਰ੍ਹਾਂ ਜਿਹੜੇ ਵੀਜ਼ਾ ਆਫਿਸਰਸ ਬੈਠੇ ਨੇ ਉਹ ਬਹੁਤ ਸਾਰੇ ਨੇ, ਠੀਕ ਹੈ। ਦਿੱਲੀ ਆਫਿਸ 'ਚ ਬਹੁਤ ਬੈਠੇ ਆ, ਕੈਨੇਡਾ ਹੈੱਡ ਆਫਿਸ 'ਚ ਬਹੁਤ ਬੈਠੇ, ਚੰਡੀਗੜ੍ਹ 'ਚ ਬਹੁਤ ਬੈਠੇ। ਮੰਨ ਲੈਂਦੇ, ਇੱਕ ਛੋਟੀ ਜਿਹੀ ਇਗਜ਼ਾਮਪਲ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਮੇਰੀ ਵੀਡੀਓ ਕੋਈ ਵੀ ਸਕ੍ਰਿਪਟ ਵਗੈਰਾ ਜਾਂ ਏਜੰਟਗਿਰੀ ਨਹੀਂ ਹੁੰਦੀ ਕਿ ਆਹ ਪੁਆਇੰਟਸ ਦੱਸਣੇ, ਜੋ ਮੇਰੇ ਮਨ 'ਚ ਆਉਂਦਾ ਯਾਰ ਮੈਂ ਸ਼ੇਅਰ ਕਰ ਦਿੰਦਾ, ਠੀਕ ਹੈ। ਸੋ ਛੋਟੀ ਜਿਹੀ ਸਟੋਰੀ ਦੱਸ ਦਿੰਦਾ ਕਿ ਮੰਨ ਲਓ ਤੁਹਾਡੀ ਫਾਈਲ ਜਿਹੜੀ ਆ ਉਹ ਲੱਗੀ ਆ, ਇਹ ਮੇਰੇ ਕੋਲ ਵੀ 2 ਕੇਸ ਹੈ, ਮੈਨੂੰ 8 ਸਾਲ ਹੋ ਗਏ ਫਾਈਲਿੰਗ ਵਗੈਰਾ ਕਰਦੇ ਨੂੰ, 2 ਕੇਸ ਮੇਰੇ ਕੋਲ ਹੋ ਚੁੱਕੇ ਨੇ ਜਿਨ੍ਹਾਂ ਨੂੰ 6 ਮਹੀਨੇ ਦਾ ਵੀਜ਼ਾ ਮਿਲਿਆ ਸੀ। ਉਸ ਕੇਸ 'ਚ ਸਟੋਰੀ ਦੱਸਦਾ ਕੀ ਹੋਈ, ਫਰੈਸ਼ ਪਾਸਪੋਰਟ ਸੀ, ਇੱਕ ਸਿਰਫ ਇਗਜ਼ਾਮਪਲ ਹੈ, ਤੁਸੀਂ ਕੰਪੇਅਰ ਕਰ ਸਕਦੇ ਹੋ ਕਿ ਤੁਹਾਡਾ ਇੱਥੇ ਲੱਕ ਕਿਵੇਂ ਅੱਛਾ ਰਿਹਾ, ਠੀਕ ਹੈ ਜੀ। ਉਹਨਾਂ ਦਾ ਕੀ ਸੀਗਾ, ਉਹਨਾਂ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਸੀਗਾ, ਠੀਕ ਹੈ, ਅਤੇ ਪ੍ਰੋਗਰਾਮ 'ਤੇ ਉਹਨਾਂ ਨੇ ਜਾਣਾ ਸੀ, ਬਟ ਫਾਈਲ ਜਿਹੜੀ ਸੀ, ਜਿਹੜੀ ਟਰੈਵਲ ਡੇਟਾ ਸੀ ਉਹਨਾਂ ਦੀ ਸੀ ਨਵੰਬਰ ਦੀਆਂ 2023 ਦੀ ਗੱਲ, 22 ਦੀ ਗੱਲ ਕਰ ਰਿਹਾ, ਨਵੰਬਰ ਦੀਆਂ ਟਰੈਵਲ ਡੇਟਾ ਸੀ, ਨਵੰਬਰ ਤੱਕ ਰਿਜ਼ਲਟ ਨਹੀਂ ਆਇਆ, ਜਨਵਰੀ 'ਚ ਜਾ ਕੇ ਉਹਨਾਂ ਦੀ ਅਪਰੂਵਲ ਆ ਗਈ। ਹੁਣ ਅਪਰੂਵਲ ਦਾ ਕਾਰਨ ਕੀ ਹੈ, ਵੀਜ਼ਾ ਆਫਿਸਰ ਨੇ ਕੀ ਦੇਖਿਆ, ਡਾਕੂਮੈਂਟੇਸ਼ਨ ਚੰਗੇ ਆ, ਠੀਕ ਹੈ, ਫਾਈਲਾਂ ਬਹੁਤ ਲੱਗੀਆਂ ਸੀ, ਇਹਨਾਂ ਦੀ ਵਾਰੀ ਲੇਟ ਹੋ ਗਈ, ਮੰਨ ਗਏ, ਜੋ ਇਹਨਾਂ ਦਾ ਪ੍ਰੋਗਰਾਮ ਸੀ ਉੱਥੇ ਨਹੀਂ ਜਾ ਪਾਏ, ਪਰ ਉਸ ਇਨਵੀਟੇਸ਼ਨ ਦੇ ਵਿੱਚ ਇੱਕ ਲਿਖਿਆ ਸੀ ਪ੍ਰੋਗਰਾਮ ਤੋਂ ਇਲਾਵਾ ਅਸੀਂ ਇੱਕ ਫੈਮਿਲੀ ਗੈਟ ਟੂਗੈਦਰ ਕਰਨਾ, ਜਾਂ ਇੱਕ ਨੋਰਮਲ ਸਟੋਰੀ, ਹੋਟਲ ਕੇਸ 'ਚ ਵੀ ਇਹ ਸੇਮ ਚੀਜ਼ ਹੋ ਸਕਦੀ। ਉਹ ਵੀਜ਼ਾ ਆਫਿਸਰ, ਤੁਸੀਂ ਇਹ ਸਮਝੋ ਕਿ ਉੱਥੇ ਤੁਹਾਡਾ ਪਰਪਸ ਖਤਮ ਹੋ ਗਿਆ ਅਤੇ ਤੁਹਾਡੀ ਫਾਈਲ ਰਿਫਿਊਜ਼ ਹੋਣ ਦਾ ਚਾਂਸ ਬਣ ਗਿਆ ਪੂਰਾ, ਰਾਈਟ। ਅਸੀਂ ਕੀ ਕੀਤਾ, ਵੈਬ ਫਾਰਮ ਰੇਜ਼ ਨਹੀਂ ਕੀਤਾ, ਬਿਲਕੁਲ ਵੇਟ ਕੀਤਾ। ਅਗਰ ਕਿਸੇ ਵੀਰ ਨੂੰ ਡਾਊਟ ਵੀ ਹੈ ਨਾ ਕਿ ਸਰ ਤੁਸੀਂ ਝੂਠ ਬੋਲ ਰਹੇ ਹੋ ਜਾਂ ਸਾਨੂੰ ਸੱਚ ਦਿਖਾਓ ਕੀ ਰਿਐਲਿਟੀ, ਤਾਂ ਮੇਰੇ ਕੋਲ ਅੱਜ ਵੀ ਉਹ ਫਾਈਲ ਦਾ ਡਾਟਾ ਪਿਆ ਵਾ, 2022 ਦੇ ਆਸ ਪਾਸ ਦੀ ਫਾਈਲ ਆ ਜਿੰਨਾ ਕੁ ਮੈਨੂੰ ਪਤਾ, ਠੀਕ ਹੈ। ਉਹਨਾਂ ਨੂੰ ਗਈ ਨੂੰ ਸ਼ਾਇਦ ਸਾਲ ਦੇ ਉੱਤੇ ਹੋ ਚੁੱਕਾ, 2022 ਦੀ ਹੀ ਮੰਨ ਕੇ ਚੱਲੋ, ਅਤੇ ਉਹਨਾਂ ਦਾ ਜਨਵਰੀ 'ਚ ਅਪਰੂਵਲ ਆਈ, ਠੀਕ ਹੈ। ਪਰ ਵੀਜ਼ਾ ਜਿਹੜਾ ਜਦੋਂ ਪ੍ਰਿੰਟ ਹੋ ਗਿਆ ਸਿਰਫ 6 ਮਹੀਨੇ, ਤਾਂ ਸਾਡੇ ਲਈ ਲੱਗ ਇਸ ਗੱਲ ਹੈ ਕਿ ਘੱਟੋ ਘੱਟ ਸਾਡੇ ਕੋਲ ਵੀਜ਼ਾ ਆ ਗਿਆ, ਇੱਕ ਆਪਸ਼ਨ ਆ ਗਿਆ ਅੱਜ ਦੀ ਡੇਟ 'ਚ ਕੈਨੇਡਾ ਜਾਣ ਦਾ। ਅਗਰ ਅਸੀਂ ਕੈਨੇਡਾ ਜਾ ਕੇ ਵਾਪਸ ਆਉਂਦੇ ਹਾਂ, ਅਤੇ 6 ਮਹੀਨੇ ਬਾਅਦ ਅਗਰ ਮੇਰਾ ਵੀਜ਼ਾ ਜਿਵੇਂ ਖਤਮ ਹੋ ਜਾਂਦਾ ਜਾਂ ਟਾਈਮ ਨਿਕਲ ਜਾਂਦਾ, ਮੈਂ ਦੁਬਾਰਾ ਅਪਲਾਈ ਕਰੂੰਗਾ ਨਾ, ਤਾਂ ਘੱਟੋ ਘੱਟ 80-90% ਚਾਂਸ ਨੇ ਕਿ ਮੇਰਾ ਵੀਜ਼ਾ ਦੁਬਾਰਾ ਆਊਗਾ, ਕਿਉਂਕਿ ਮੈਂ ਪਹਿਲੀ ਵਾਰ ਵੀਜ਼ਾ ਲੈ ਕੇ ਵਾਪਸ ਆਇਆ ਹਾਂ, ਠੀਕ ਹੈ ਜੀ। ਇੱਥੇ ਕੀ ਹੋਇਆ, ਉਹਨਾਂ ਦਾ ਜਿਹੜਾ ਪਰਪਸ ਸੀ ਉਹ ਖਤਮ ਹੋ ਗਿਆ, ਪਰ ਕਿਤੇ ਨਾ ਕਿਤੇ ਵੀਜ਼ਾ ਆਫਿਸਰ ਨੂੰ ਲੱਗਿਆ ਕਿ ਯਾਰ ਬੰਦਾ ਜੈਨੂਅਨ ਹੈ, ਡਾਕੂਮੈਂਟੇਸ਼ਨ ਸਾਰੇ ਸਹੀ ਲੱਗੇ ਆ, ਇੱਕ ਜੈਨੂਅਨ ਜੇ ਡਾਕੂਮੈਂਟਸ ਲੱਗੇ, ਰਿਫਿਊਜ਼ ਕਰਨ ਦਾ ਕੋਈ ਤੁੱਕ ਬਣਦਾ ਨਹੀਂ, ਪਰ ਇਹਨੂੰ ਜ਼ਿਆਦਾ ਵੀਜ਼ਾ ਦਊਂਗਾ ਤਾਂ ਮਿਸਯੂਜ਼ ਨਾ ਹੋਵੇ। ਜਿੱਦਾਂ ਕਿਤੇ ਜੋ ਵੀ ਉਹਦਾ ਪਰਪਸ ਉਹ ਵਿਜ਼ਿਟ ਸੀਗਾ, ਚਲੋ ਆਪਾਂ ਉਹ ਨਹੀਂ ਸ਼ੇਅਰ ਕਰਦੇ ਕਿਸੇ ਦਾ ਪਰਸਨਲ ਡਾਟਾ, ਪਰ ਉਹਨਾਂ ਦਾ ਪਰਪਸ ਦੇ ਅਕੋਰਡਿੰਗ ਗੱਲ ਕਰੀ ਤਾਂ ਗੈਟ ਟੂਗੈਦਰ ਛੋਟਾ ਜਿਹਾ ਕਰ ਸਕਦੇ। ਸੋ ਉਹਨਾਂ ਨੂੰ ਇੱਕ ਮੌਕਾ ਦਿੰਦੇ ਆ, ਜਿੰਨਾ ਦੀ ਮੈਂ ਫਾਈਲ ਦੀ ਗੱਲ ਕਰ ਰਿਹਾ, ਉਹਨਾਂ ਨੂੰ 6 ਮਹੀਨੇ ਦਾ ਇੱਕ ਵੀਜ਼ਾ ਮਿਲ ਜਾਂਦਾ ਵੈ, 6 ਮੰਥ ਦਾ, ਕਿ ਹਾਂ ਵੀ ਤੁਸੀਂ ਜਾ ਕੇ ਆਪਣਾ ਵਿਜ਼ਿਟ ਕਰ ਸਕਦੇ, ਇੱਕ ਫੈਮਿਲੀ ਗੈਟ ਟੂਗੈਦਰ ਕਰ ਸਕਦੇ ਹੋ, ਸਪੋਂਸਰ ਕੇਸ ਸੀਗਾ, ਠੀਕ ਹੈ ਜੀ।
ਇਸ ਕਰਕੇ ਜਿਹੜਾ ਵੀਜ਼ਾ ਕਈ ਵਾਰੀ 5-6 ਮਹੀਨੇ ਜਾਂ ਸਾਲ ਦਾ ਮਿਲ ਜਾਂਦਾ। ਅਦਰਵਾਈਜ਼ ਤੁਸੀਂ ਕਾਫੀ ਕੇਸਾਂ 'ਚ ਦੇਖਿਆ ਹੋਣਾ ਚੰਗੀਆਂ ਚੰਗੀਆਂ ਫਾਈਲਾਂ ਵੀ ਰਿਫਿਊਜ਼ ਹੋ ਜਾਂਦੀਆਂ ਨੇ। ਕਾਰਨ ਕੀ? ਕਿਉਂਕਿ ਵੀਜ਼ਾ ਆਫਿਸਰ ਹਰ ਕਿਸੇ ਦੀ ਸੋਚ ਅਲੱਗ ਅਲੱਗ ਹੁੰਦੀ ਆ। ਉਸ ਬੰਦੇ ਨੂੰ ਕੀ ਚੰਗਾ ਲੱਗਿਆ ਉਸ ਫਾਈਲ 'ਚ ਰੱਬ ਜਾਣਦਾ, ਉਹ ਬੰਦਾ ਜਾਣਦਾ ਕੀ ਚੰਗਾ ਲੱਗਿਆ, ਅਤੇ ਜਿਹਦੇ ਕਰਕੇ ਤੁਹਾਨੂੰ ਵੀਜ਼ਾ ਮਿਲ ਗਿਆ। ਅਗਰ ਇਹ ਫਾਈਲ ਕਿਸੇ ਹੋਰ ਵੀਜ਼ਾ ਆਫਿਸਰ ਦੇ ਹੱਥ 'ਚ ਹੁੰਦੀ, ਉਹਨੇ ਦੇਖਿਆ ਪਰਪਸ ਓਫ ਵਿਜ਼ਿਟ ਖਤਮ, ਪੈਰਾਗ੍ਰਾਫ 179 ਲਾਇਆ ਕੋਮਨ ਰੀਜ਼ਨ, ਕਿ ਸਾਨੂੰ ਸ਼ੱਕ ਆ ਤੁਸੀਂ ਵਾਪਸ ਨਹੀਂ ਆਉਂਗੇ ਕਿਉਂਕਿ ਆਪਣਾ ਪਰਪਸ ਖਤਮ ਹੋ ਚੁੱਕਾ ਸੀ। ਸੋ ਰਿਫਿਊਜ਼ਲਸ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ। ਅਗਰ ਤੁਹਾਨੂੰ 6 ਮਹੀਨੇ ਦਾ ਵੀਜ਼ਾ ਮਿਲ ਚੁੱਕਾ ਨਾ ਤਾਂ ਵੀਰੇ ਖੁਸ਼ੀ ਮਨਾਓ। ਦੂਸਰੀ ਗੱਲ, ਹੁਣ ਜਿਹੜੇ ਵੀਰਾਂ ਦਾ ਵੀਜ਼ਾ ਆ ਚੁੱਕਾ, ਉਹ ਕਹਿੰਦੇ ਸਰ ਮੈਨੂੰ 2028 ਤੱਕ ਦਾ ਵੀਜ਼ਾ ਮਿਲਿਆ, 30 ਤੱਕ ਦਾ ਵੀਜ਼ਾ ਮਿਲਿਆ, ਪਰ ਪ੍ਰੋਬਲਮ ਇਹ ਜੀ ਮੈਨੂੰ ਏਅਰਪੋਰਟ 'ਤੇ ਜਾ ਕੇ ਕਹਿੰਦੇ ਜੀ ਤੁਹਾਡੇ ਸਿਰਫ 10 ਦਿਨ ਦੀ ਐਂਟਰੀ ਮਿਲਣੀ ਹੈ, ਤੁਹਾਨੂੰ 15 ਦਿਨ ਦੀ ਐਂਟਰੀ ਮਿਲਣੀ, ਐਂ ਕਿਉਂ ਕਿ ਆਪਾਂ ਕੈਨੇਡਾ ਜਾ ਕੇ 6 ਮਹੀਨੇ ਨਹੀਂ ਰਹਿ ਸਕਦੇ? ਤੁਸੀਂ ਬਿਲਕੁਲ ਰਹਿ ਸਕਦੇ ਹੋ 6 ਮਹੀਨੇ, ਬਟ ਇੱਥੇ ਪ੍ਰੋਬਲਮ ਕੀ ਹੁੰਦਾ ਤੁਹਾਨੂੰ ਮੈਂ ਫਿਰ ਸਮਝਾਉਣਾ। ਜਿੱਦਾਂ ਕਿ ਪਹਿਲਾਂ ਸਟੈਪ ਸਮਝਾਤਾ, ਦੂਸਰੇ ਸਟੈਪ 'ਚ ਤੁਹਾਨੂੰ ਦੱਸਣਾ ਆਪਾਂ ਕੀ ਕਰਦੇ ਹਾਂ। ਤੁਸੀਂ ਫਾਈਲ ਲਗਾਈ, ਤੁਸੀਂ ਉੱਥੇ ਕਹਿਤਾ ਜੀ ਮੇਰੀ 15,000, 20,000, 40,000, 50,000, 1,00,000 ਰੁਪਇਆ ਸੈਲਰੀ ਹੈ ਜਾਂ ਮੇਰਾ ਬਿਜ਼ਨਸ ਹੈ, ਠੀਕ ਹੈ ਜੀ, ਮੰਨ ਗਏ ਤੁਹਾਡੀ ਗੱਲ, ਤੁਹਾਡੀ ਡਾਕੂਮੈਂਟੇਸ਼ਨ ਵਧੀਆ, ਤੁਹਾਡਾ ਸਾਰਾ ਕੁਛ ਪੇਪਰ ਵਰਕ ਵਧੀਆ, ਸਾਰਾ ਕੁਛ ਓਕੇ, ਵੀਜ਼ਾ ਆ ਗਿਆ। ਬਟ ਜਦੋਂ ਤੁਸੀਂ ਏਅਰਪੋਰਟ 'ਤੇ ਪਹੁੰਚੇ, ਤੁਸੀਂ ਵੀਰੇ ਉੱਥੇ ਜਾ ਕੇ ਜਦੋਂ ਤੁਸੀਂ ਕਹਿੰਦੇ 15 ਦਿਨ ਲਈ ਆਏ ਹਾਂ, ਤੁਹਾਡੀ ਜਿਹੜੀ ਫਾਈਲ ਲੱਗੀ ਹੈ, ਬਟ ਜਦੋਂ ਤੁਸੀਂ 15 ਦਿਨ ਦੀ ਜਗ੍ਹਾ 2 ਮਹੀਨੇ ਬਾਅਦ ਦੀ ਰਿਟਰਨ ਟਿਕਟ ਲਿੱਤੀ ਹੈ, ਜਾਂ ਜੋ ਤੁਹਾਡੇ ਡਾਕੂਮੈਂਟਸ 'ਚ ਸੀਗਾ ਲੱਗੇ ਡਾਕੂਮੈਂਟਸ, ਠੀਕ ਹੈ, ਉਸ ਦੇ ਅਕੋਰਡਿੰਗ ਤੁਹਾਡਾ ਜਿਹੜਾ ਆਨਸਰ ਹੈ ਉਹ ਜਦ ਤੁਸੀਂ ਵੀਜ਼ਾ ਆਫਿਸਰ ਨੂੰ ਸੈਟਿਸਫਾਈ ਨਹੀਂ ਨਾ ਕਰ ਪਾਉਂਦੇ, ਤੁਹਾਡੀ ਵੀਰੇ ਵਾਪਸੀ ਉਸ ਟਾਈਮ, ਕਾਫੀ ਕੇਸਾਂ 'ਚ ਕਾਫੀ ਲੋਕਾਂ ਨੂੰ, ਅਗਰ ਤੁਸੀਂ ਮੇਰੀ ਵੀਡੀਓਜ਼ ਦੇਖੀ ਹੋਣ, ਮੈਂ ਕਾਫੀ ਵਾਰ ਦੱਸਦਾ ਕਿ ਅੱਜ 15 ਬੰਦਿਆਂ ਨੂੰ ਏਅਰਪੋਰਟ ਤੋਂ ਵਾਪਸ ਕਰਤਾ, 10 ਬੰਦਿਆਂ ਨੂੰ ਵਾਪਸ ਕਰਤਾ, 2 ਬੰਦਿਆਂ ਨੂੰ ਕੈਨੇਡਾ ਏਅਰਪੋਰਟ ਤੋਂ ਮੋੜਤਾ। ਉਹਦਾ ਕਾਰਨ ਇਹੀ ਹੁੰਦਾ ਕਿ ਜੋ ਡਾਕੂਮੈਂਟਸ ਤੁਹਾਡੀ ਗੱਲਬਾਤ ਕਹਿ ਰਹੇ ਨੇ, ਇੱਕ ਗੱਲ ਸਮਝੋ, ਤੁਸੀਂ ਕੈਨੇਡਾ ਬੈਸੀ ਫਾਈਲ ਲਗਾਈ, ਅਪਰੂਵਲ ਆ ਗਈ, ਉਹ ਸੇਮ ਡਾਕੂਮੈਂਟਸ ਇਮੀਗ੍ਰੇਸ਼ਨ ਕਾਊਂਟਰ 'ਤੇ, ਵੀਜ਼ਾ ਆਫਿਸਰ ਜਿਹੜੇ ਇਮੀਗ੍ਰੇਸ਼ਨ ਕਾਊਂਟਰ 'ਤੇ ਖੜਾ, ਉਹਦੇ ਕੋਲ ਪਏ ਹੈ, ਉਹਦੇ ਕੋਲ ਰਿਕਾਰਡਸ ਪਏ ਆ ਸਾਰੇ, ਉਹ ਰਿਕਾਰਡਸ ਦੇ ਬੇਸ 'ਤੇ ਤੁਹਾਡੇ ਨਾਲ ਕਲੈਰੀਫਾਈ ਕਰਦਾ ਕਿ ਭਾਈ ਜੋ ਡਾਕੂਮੈਂਟਸ ਲੱਗੇ ਉਸ ਦੇ ਅਕੋਰਡਿੰਗ ਤੁਸੀਂ ਆਨਸਰ ਦਿਓ। ਬਟ ਜਦੋਂ ਆਪਾਂ ਉਹਨਾਂ ਨੂੰ ਕਲੈਰੀਫਿਕੇਸ਼ਨਸ ਨਹੀਂ ਦੇ ਪਾਉਂਦੇ, ਜਸਟੀਫਾਈ ਨਹੀਂ ਕਰ ਪਾਉਂਦੇ ਕਿ ਅਸੀਂ 10 ਦਿਨ ਲਈ ਆਏ ਹਾਂ ਕਿ 2 ਮਹੀਨੇ ਲਈ ਆਏ ਹਾਂ, ਲੱਗੀ ਆਪਣੇ ਭਰਾ ਦੀ ਸਪੋਂਸਰ ਹੁੰਦੀ, ਹੱਥ 'ਚ ਤੁਹਾਡੇ ਹੋਟਲ ਬੁਕਿੰਗ ਹੁੰਦੀ ਹੈ, ਠੀਕ ਹੈ ਨਹੀਂ, ਜੇ ਹੋਟਲ ਵਾਲਾ ਕੇਸ ਹੈ ਤਾਂ ਆਪਾਂ ਕਹਿੰਦੇ ਜੀ ਮੈਂ ਤਾਂ ਫਲਾਣਾ ਭਰਾ ਕੋਲ ਚੱਲਣਾ, ਆਪਣੇ ਚਾਚੇ ਦਾ ਮੁੰਡਾ ਵੈ, ਦੋਸਤ ਕੋਲ ਚੱਲਣਾ, ਜਦੋਂ ਗੱਲਾਂ ਬਾਤਾਂ ਮੈਚ ਨਹੀਂ ਕਰਨੀਆਂ ਵੀਰੇ, ਉਹਨਾਂ ਕੇਸਾਂ 'ਚ ਤੁਹਾਨੂੰ ਵਾਪਸ ਵੀ ਭੇਜਿਆ ਜਾ ਸਕਦਾ। ਅਤੇ ਅਗਰ ਕਿਤੇ ਨਾ ਕਿਤੇ ਵੀਜ਼ਾ ਆਫਿਸਰ ਸੈਟਿਸਫਾਈ ਹੋ ਜਾਂਦਾ ਕਿ ਹਾਂ ਯਾਰ ਫਿਰ ਵੀ ਸ਼ੱਕ ਆ ਹਲੇ ਮੈਨੂੰ, ਇੱਕ ਤਸੱਲੀ ਜੀ ਨਹੀਂ ਹੁੰਦੀ ਜਿਵੇਂ ਕਹਿ ਦਿੰਦੇ 50-50, ਉਸ ਕੇਸ ਦੇ ਵਿੱਚ ਜਾ ਕੇ ਤੁਹਾਨੂੰ 10 ਦਿਨ ਜਾਂ 15 ਦਿਨ ਦੀ ਐਂਟਰੀ ਦਿੱਤੀ ਜਾਂਦੀ ਹੈ। ਅਤੇ ਅਗਰ ਤੁਸੀਂ ਦੱਸਾਂ 15 ਦਿਨਾਂ ਬਾਅਦ ਵਾਪਸ ਨਹੀਂ ਆਉਂਦੇ ਤਾਂ ਤੁਹਾਡੇ ਅਗੇਂਸਟ ਕੇਸ ਲੱਗ ਜਾਂਦਾ ਕਿ ਹਾਂ ਵੀ ਇਹ ਬੰਦਾ ਵਾਪਸ ਨਹੀਂ ਆਇਆ, ਇਹਨੂੰ ਫੜੋ, ਉਹਨਾਂ ਕੇਸਾਂ 'ਚ ਜਾ ਕੇ ਤੁਹਾਨੂੰ ਫਿਰ ਡਿਪੋਰਟ ਕੀਤਾ ਜਾਂਦਾ। ਸੋ ਇਸ ਚੀਜ਼ ਦਾ ਧਿਆਨ ਰੱਖੋ, ਕੋਈ ਵੀ ਸ਼ਰਾਰਤ ਇਸ ਤਰ੍ਹਾਂ ਨਾ ਕਰੋ। ਜੋ ਡਾਕੂਮੈਂਟਸ ਲੱਗੇ ਆਪਣੇ ਏਜੰਟ ਕੋਲ 10 ਮਿੰਟ ਬੈਠੋ ਅਪਰੂਵਲ ਤੋਂ ਬਾਅਦ ਕਿ ਸਰ ਮੇਰੇ ਡਾਕੂਮੈਂਟਸ ਕੀ ਲੱਗੇ, ਕੁਐਸਚਨਸ ਕੀ ਪੁੱਛੇ ਜਾਂਦੇ ਨੇ, ਕੀ ਗੱਲਬਾਤ ਹੁੰਦੀ। ਕਈ ਵਾਰ ਹੈਲੋ ਹਾਈ ਸਤਿ ਸ਼੍ਰੀ ਅਕਾਲ 'ਤੇ ਵੀ ਭੇਜ ਦਿੰਦੇ ਆ, ਤੁਹਾਡੇ ਬੋਲਣ ਦਾ ਢੰਗ, ਤੁਹਾਡੇ ਖੜਨ ਦਾ ਢੰਗ, ਤੁਹਾਡੇ ਫੇਸ ਇੰਪਰੈਸ਼ਨਸ ਤੋਂ ਪਤਾ ਲੱਗ ਜਾਂਦਾ ਕਿ ਤੁਹਾਡੇ ਤੁਸੀਂ ਡਰ ਰਹੇ ਹੋ, ਤੁਸੀਂ ਘਬਰਾ ਰਹੇ ਹੋ ਕਿ ਤੁਹਾਨੂੰ ਸ਼ੱਕ ਆ ਕਿ ਤੁਹਾਡੀ ਚੋਰੀ ਨਾ ਫਟੀ ਜਾਵੇ ਅਗਰ ਫੇਕ ਡਾਕੂਮੈਂਟਸ ਲੱਗੇ ਹੋਣ। ਸੋ ਬਹੁਤ ਸਾਰੀਆਂ ਚੀਜ਼ਾਂ ਇੱਥੇ ਮੈਟਰ ਕਰਦੀਆਂ। ਤੁਹਾਨੂੰ ਕੋਈ ਡਾਊਟ ਹੈ, ਕੋਈ ਵੀ ਗੱਲਬਾਤ ਹੁਣ ਵੀ ਕਰਨਾ ਚਾਹੋ, ਜਿਨ੍ਹਾਂ ਦਾ ਵੀਜ਼ਾ ਆ ਚੁੱਕਾ ਜਾਂ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਮੈਂਟਸ ਕਰ ਸਕਦੇ ਹੋ, ਕੋਸ਼ਿਸ਼ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਵੀਡੀਓਜ਼, ਜਾਂ ਅਗਰ ਕੋਈ ਥੋੜ੍ਹੀ ਮੋਟੀ ਗੱਲਬਾਤ ਹੋਈ ਤਾਂ ਰਿਪਲਾਈ ਹੀ ਕਰ ਦਾਂਗਾ। ਅਗਰ ਥੋੜ੍ਹਾ ਲੱਗਦਾ ਕਿ ਐਕਸਪਲੇਨ ਕਰਨਾ ਤਾਂ ਉਸ ਟੋਪਿਕ 'ਤੇ ਵੀਡੀਓ ਵੀ ਤੁਹਾਨੂੰ ਮੈਂ ਜ਼ਰੂਰ ਸ਼ੇਅਰ ਕਰਾਂਗਾ। ਸੋ ਅੱਜ ਦੀ ਵੀਡੀਓ 'ਚ ਬਸ ਇੰਨਾ ਹੀ। ਤੁਸੀਂ ਕੋਈ ਗੱਲ ਕਰਨਾ ਚਾਹੋ ਤਾਂ ਕਮੈਂਟ ਬਾਕਸ ਓਪਨ ਹੈ, ਅਤੇ ਇੰਸਟਾਗ੍ਰਾਮ 'ਤੇ ਵੀ ਮੈਸੇਜ ਕਰ ਸਕਦੇ, ਇੰਸਟਾਗ੍ਰਾਮ ਆਈ ਡੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗੀ। ਅੱਜ ਦੀ ਵੀਡੀਓ 'ਚ ਬਸ ਇੰਨਾ ਹੀ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਨ ਨੈਕਸਟ ਵੀਡੀਓ 'ਚ ਕੁਝ ਨਵੇਂ ਟੋਪਿਕਸ, ਕੁਝ ਨਵੇਂ ਅਪਡੇਟਸ 'ਤੇ ਨਾਲ। ਟਿਲ ਦੈਨ ਕੀਪ ਸਮਾਈਲਿੰਗ, ਸਤਿ ਸ਼੍ਰੀ ਅਕਾਲ।